ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅਖਰਾਂ ਦਾ ਸਰਨਾਵਾ ਲੈ ਕੇ ਆਪ ਸਭ ਦੇ ਸੰਮੁਖ ਹੈ ਜੀ ਇਸ ਪ੍ਰੋਗਰਾਮ ਦਾ ਇਹ ਪੰਜਵਾਂ ਐਪੀਸੋਡ ਹੈ ਪਹਿਲੇ 4 ਐਪੀਸੋਡ ਇਸ ਪ੍ਰੋਗਰਾਮ ਦੀ ਭੂਮਿਕਾ ਵਜੋਂ ਵੀ ਸਨ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਦਿਲਚਸਪੀ ਪੈਦਾ ਕਰਨ ਲਈ ਵੀ ਸਨ। ਆ ਪੰਜਵਾਂ ਐਪੀਸੋਡ ਆਪ ਸਭ ਨਾਲ ਪ੍ਰੋਗਰਾਮ ਦੀ ਜਾਣ ਪਛਾਣ ਕਰਾਉਂਦੇ ਹਾਂ। ਸਵਾਲ ਖੜਾ ਹੋ ਜਾਏਗਾ ਕਿ ਜਾਣ ਪਛਾਣ ਪਹਿਲੇ ਐਪੀਸੋਡ ਚ ਕਿਉਂ ਨਹੀਂ ਕਰਾਈ? ਚਾਣੇ ਆਖਦੇ ਨੇ ਕਿ ਜਾਣ ਪਛਾਨ ਵਧਾਉਣ ਲਈ ਪਹਿਲਾਂ ਦਿਲਚਸਪੀ ਦੀ ਲੋੜ ਹੁੰਦੀ ਆ ਜਿਸ ਵਸਤ ਦੇ ਵਿੱਚ ਜੇ ਸ਼ਖਸ ਦੇ ਵਿੱਚ ਤੁਹਾਡੀ ਦਿਲਚਸਪੀ ਹੀ ਨਹੀਂ ਤੁਸੀਂ ਉਹਦੇ ਨਾਲ ਕਦੀ ਜਾਣ ਪਛਾਨੀ ਵਧਾਓਗੇ ਔਰ ਇਹ ਗੱਲ ਮੈਂ ਸਿਰਫ ਸੰਸਾਰ ਦੇ ਆਮ ਮਨੁੱਖ ਦੇ ਤੌਰ ਤੇ ਹੀ ਨਹੀਂ ਅਧਿਆਤਮਕ ਫਲਸਫੇ ਨਾਲ ਜੁੜ ਕੇ ਸੁਖੀ ਸੁਫੀ ਅਧਿਆਤਮਕ ਫਲਸਫੇ ਦੀ ਜਿਹੜੀ ਸਿੱਖ ਰ ਹੈ ਉਹਦੇ ਨਾਲ ਜੁੜ ਕੇ ਕਹਿ ਰਿਹਾ ਸੁਫੀ ਆਖਦੇ ਨੇ ਉਹਨਾਂ ਦਾ ਗੱਲ ਕਰਨ ਦਾ ਅੰਦਾਜ਼ ਬੇਸ਼ੱਕ ਵੱਖਰਾ ਸਾਟ ਬਣਾਉਂਦਾ ਸਾਡੇ ਸਤਿਗੁਰ ਕਹਿੰਦੇ ਨੇ ਕਿ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਕਿ ਪ੍ਰਮਾਤਮਾ ਨੂੰ ਉਹੀ ਪਾ ਸਕਦਾ ਹੈ ਜਿਹਦੇ ਅੰਦਰ ਪ੍ਰੇਮ ਦੀ ਭਾਵਨਾ ਪੈਦਾ ਹੋਏਗੀ ਗੱਲ ਹੋਈ ਹੈ ਸੂਫੀ ਕਹਿੰਦੇ ਨੇ ਜਦ ਤੱਕ ਤੂੰ ਇਸ਼ਕ ਦੇ ਵਿੱਚ ਮੈਂ ਨਹੀਂ ਹੋ ਜਾਂਦਾ ਮੂਆ ਸ਼ਬਦ ਨਹੀਂ ਮੈਂ ਸ਼ਬਦ ਉਦੋਂ ਤੱਕ ਤੂੰ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ ਅਸੀਂ ਸ਼ਬਦ ਭਗਤ ਵਰਦਦੇ ਆ ਸੁਫੀ ਸ਼ਬਦ ਆਸ਼ਿਕ ਵਰਦਦੇ ਨੇ ਅਸੀਂ ਕਹਿੰਦੇ ਆ ਚਾਲ ਨਰਾਲੀ ਭਗਤਾ ਕੇਰੀ ਭਗਤਾਾਂ ਦੀ ਚਾਲ ਦੁਨੀਆਂ ਨਾਲੋਂ ਵੱਖਰੀ ਹੁੰਦੀ ਆ ਤੇ ਜੇ ਸੁਫੀਆਂ ਨੂੰ ਪੁੱਛੀਏ ਤੇ ਉਹ ਕਹਿੰਦੇ ਨੇ ਧਰਮਸ਼ਾਲ ਵਿੱਚ ਤਾੜ ਵੀ ਰਹਿੰਦੇ ਥੱਕ ਦਰਦਵਾਰੇ ਠੱਗ ਵਿੱਚ ਮਸੀਤੀ ਰਹਿਣ ਕੋ ਸੱਤੀਏ ਤੇ ਆਸ਼ਿਕ ਰਹਿਣ ਅਲੱਗ ਉਹ ਆਸ਼ਿਕ ਸ਼ਬਦ ਵਰਤਦੇ ਨੇ ਵੱਖਰੇ ਲੈਂਦੇ ਨੇ ਅਸੀਂ ਕਹਿੰਦੇ ਭਗਤਾਂ ਦੀ ਚਾਲ ਵੱਖਰੀ ਹੁੰਦੀ ਉਹ ਕਹਿੰਦੇ ਨਹੀਂ ਆਸ਼ਿਕਾਂ ਦੀ ਚਾਲ ਵੱਖਰੀ ਹੁੰਦੀ ਹੈ ਸ਼ਬਦਾਂ ਦਾ ਹੀ ਫਰਕ ਹੈ ਵੈਸੇ ਸੂਫੀ ਮਤ ਗੁਰਮਤ ਦੇ ਬਹੁਤ ਨੇੜੇ ਆ ਬਹੁਤ ਨੇੜੇ ਐ ਇੱਥੋਂ ਤੱਕ ਕਿ ਸੂਫੀ ਸਾਡੇ ਹੀ ਨੇ ਸਾਡੇ ਤੋਂ ਨਹੀਂ ਸੰਭੇਗਾ ਗੁਰੂ ਨਾਨਕ ਸਾਹਿਬ ਨੇ ਗੱਲ ਨਾਲ ਲਾ ਕੇ ਸਾਂਭ ਲਾ ਸੀ ਜੂੜ ਲਾ ਸੀ ਬਾਬਾ ਫਰੀਦ ਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਦਿੱਤਾ ਸੀ ਸੂਫੀਆਂ ਦਾ ਸਰਮੋਹਰਾ ਔਰ ਸੂਫੀ ਫਕੀਰਾਂ ਨੇ ਇਹ ਬਾਤ ਇੱਜਾ ਕੱਟ ਨਹੀਂ ਕੀਤੀ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰ ਆਪਣੇ ਮਰੀਦ ਆਪਣੇ ਭਰਾ ਤੇ ਆਪਣਾ ਆਪਾ ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਤੋਂ ਵਾਰ ਦਿੱਤਾ ਐਡੀ ਕੁਰਬਾਨੀ ਪੀਰ ਬੁੱਧੂ ਸ਼ਾਹੀ ਕੁਰਬਾਨੀ ਦੇ ਮੋਰੇ ਵੀ ਸਰਨੇ ਵਜਾਂਦਾ ਹੈ ਤੇ ਬਾਬਾ ਫਰੀਦ ਦੀ ਬਾਣੀ ਦੇ ਮੋਰੇ ਵੀ ਸਰਨੇ ਵਜਾਂਦਾ ਹੈ ਦੋਨੇ Sufi ਸਾਨਾ ਤੇ Sufi ਕਹਿੰਦੇ ਨੇ ਮਗਲ ਜਾਣਕਾਰੀ ਦੀ ਕਰ ਰਿਹਾ ਸਰ ਉਹਨਾਂ ਦਾ ਫਲਸਫਾ ਹੈ ਕਿ ਇਸ਼ਕ ਵਿੱਚ ਮੈਂ ਹੋਣ ਤੋਂ ਬਿਨਾ ਇਸ਼ਕ ਵਿੱਚ ਲੈ ਹੋਣ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਤੋ ਕਹਿੰਦੇ ਇਸ਼ਕੂ ਜੀ ਮੈਂ ਹੋਣ ਦੀਆਂ ਇਸ਼ਕ ਵਿੱਚ ਲੀਨ ਹੋਣ ਦੀਆਂ ਸੱਤ ਸਟੇਜਾਂ ਨੇ ਸੱਤ ਪੜਾਅ ਨੇ ਵੱਖਰੇ ਵੱਖਰੇ ਭਗਤੀ ਦੇ ਉਹਨਾਂ ਦੇ ਵੱਖਰੇ ਵੱਖਰੇ ਸੱਤ ਪੜਾਅ ਨੇ ਉਹ ਕਹਿੰਦੇ ਪਹਿਲਾਂ ਤਾਂ ਦਿਲਚਸਪੀ ਜਿੱਦ ਦੀ ਗੱਲ ਪਹਿਲਾਂ ਕਰਕੇ ਛੱਡਿਆ ਕਿ ਜੇ ਦਿਲਚਸਪੀ ਹੋਏਗੀ ਤਾਂ ਜਾਣ ਪਛਾਣ ਹੋਏਗੀ ਕਹਿੰਦੇ ਜੇ ਦਿਲਚਸਪੀ ਹੋਏਗੀ ਤੁਹਾਨੂੰ ਪ੍ਰਮਾਤਮਾ ਦੇ ਰਸਤੇ ਤੇ ਹਕੀਕੀ ਇਸ਼ਕ ਦੇ ਰਸਤੇ ਤੇ ਤੁਰਨ ਦੀ ਤੇ ਫਿਰ ਤੁਸੀਂ ਇਸ ਪਾਸੇ ਦੀ ਜਾਣ ਪਛਾਣ ਵੀ ਹਾਸਲ ਕਰ ਲੋਗੇ ਦੂਜਾ ਪੜਾਏ ਜਾਣ ਪਛਾਣ ਉਹ ਬੇਸ਼ੱਕ ਰੱਬ ਨਾਲ ਹੋਵੇ ਬੇਸ਼ੱਕ ਕਿਸੇ ਸ਼ਖਸ ਨਾਲ ਹੋਵੇ ਬੇਸ਼ੱਕ ਕਿਸੇ ਵਸਤ ਨਾਲ ਹੋਵੇ ਤਰੀਕਾ ਇੱਕੋ ਹੀ ਆ ਪਹਿਲਾਂ ਦਿਲਚਸਪੀ ਫਿਰ ਜਾਣ ਪਛਾਣ ਸੋ ਦਿਲਚਸਪੀ ਤੋਂ ਬਾਅਦ ਜਾਣ ਪਛਾਣ ਕਰਾਉਣ ਲੱਗਾ ਪਹਿਲਾਂ ਤੁਹਾਡੀ ਦਿਲਚਸਪੀ ਪੈਦਾ ਕਰਨ ਲਈ ਸੀ ਚਾਰ ਐਪੀਸੋਡ ਇਹ ਪੰਜਵਾਂ ਐਪੀਸੋਡ ਜਾਣ ਪਛਾਣ ਦਾ ਹੈ ਪਰ ਇਹਨੇ ਆਖਿਆ ਕਿ ਮਸੂਫੀਆਂ ਦੀ ਸੱਤ ਜਿਹੜੀਆਂ ਸਟੇਜਾਂ ਨੇ ਜਿਹੜੇ ਸੱਤ ਪੜਾੜ ਉਹਨਾਂ ਦੀ ਗੱਲ ਵਿੱਚੇ ਛੜਤੀ ਉਹ ਵੀ ਇਸ਼ਾਰੇ ਮਾਤਰ ਗੱਲ ਕਰ ਜਾਣਾ ਪਰ ਇਸ ਪ੍ਰੋਗਰਾਮ ਦੇ ਵਿੱਚ ਗਾ ਜਾ ਕੇ ਗੱਲ ਕਰਾਂਗੇ ਕਿਦੇ ਮਾਰਫ ਦੀ ਉਹਨਾਂ ਸੱਤ ਸਟੇਜਾਂ ਦੀ ਭਗਤੀ ਦੀ ਉਹਨਾਂ ਸੱਤ ਸਟੇਜਾਂ ਦੀ ਰੱਬੀ ਇਸ਼ਕ ਦੀਆਂ ਉਹਨਾਂ ਸੱਤ ਸਟੇਜਾਂ ਦੀ ਉਹ ਗੱਲ ਕਿਤੇ ਬਾਅਦ ਵਿੱਚ ਕਰਾਂਗੇ ਪਰ ਮੈਂ ਇਸ਼ਾਰਾ ਕਰ ਜਾਣਾ ਹੈ ਪਹਿਲਾ ਦਿਲਚਸਪੀ ਦੂਜੀ ਜਾਣ ਪਛਾਣ ਤੀਸਰਾ ਪੜਾਅ ਹੈ Sufi mat de mutabak mohabbat ਪਹਿਲਾਂ ਦਿਲਚਸਪੀ ਹੋਵੇਗੀ ਫਿਰ ਜਾਣ ਪਛਾਣ ਹੋਵੇਗੀ ਤੇ ਫਿਰ ਤੀਜਾ ਪੜਾਅ ਮੁਹੱਬਤ ਦਾ ਹੋਵੇਗਾ ਜੇ ਤੁਹਾਡੀ ਕਿਸੇ ਚ ਦਿਲਚਸਪੀ ਨਹੀਂ ਤੁਹਾਡੀ ਕਿਸੇ ਨਾਲ ਜਾਣ ਪਛਾਣ ਹੀ ਨਹੀਂ ਫਿਰ ਮੁਹੱਬਤ ਨਹੀਂ ਹੋ ਸਕਦੀ ਪਹਿਲਾਂ ਦਿਲਚਸਪੀ ਫਿਰ ਜਾਣ ਪਛਾਣ ਫਿਰ ਮੁਹੱਬਤ ਸੂਫੀ ਕਹਿੰਦੇ ਨੇ ਫਿਰ ਇਸ ਹਕੀਕੀ ਇਸ਼ਕ ਦਾ ਜਿਹੜਾ ਚੌਥਾ ਪੜਾਏ ਨਾ ਉਹ ਇਸ਼ਕ ਹੈ ਮੁਹੱਬਤ ਤੋਂ ਥੋੜੀ ਗਾਂਧੀ ਗੱਲ ਮੁਹੱਬਤ ਤੋਂ ਇੱਕ ਵੱਖੜਾ ਪੜਾ ਮੁਹੱਬਤ ਥੋੜੀ ਗੂੜੀ ਹੋਣ ਦੀ ਗੱਲ ਇਸ਼ਕ ਦੇ ਵਿੱਚ ਗਲਤਾਨ ਹੁੰਦੀ ਗੱਲ ਉਹ ਕਹਿੰਦੇ ਜਦ ਤੱਕ ਮਨੁੱਖ ਜੇ ਦਿਲਚਸਪੀ ਚ ਹੈ ਜਾਣ ਪਛਾਣ ਚ ਹੈ ਮੁਹੱਬਤ ਚ ਹੈ ਉਹ ਵਾਪਸ ਮੁੜ ਸਕਦਾ ਹੈ ਪਰ ਜਦੋਂ ਦੀ ਅਵਸਥਾ ਇਸ਼ਕ ਤੱਕ ਚੱਲ ਗਈ ਉਹ ਵਾਪਸ ਨਹੀਂ ਮੁੜਦਾ ਫਿਰ ਇਸ਼ਕ ਤੋਂ ਅਗਲੀ ਅਵਸਥਾ ਫਿਰ ਆਪਣੇ ਆਪ ਆਉਂਦੀ ਹੈ دیਵਾਨਗੀ। دیਵਾਨਾ ਹੁੰਦਾ ਮਨੁੱਖ ਇਸਕ ਦੇ ਵਿੱਚ। ਤੇ دیਵਾਨਗੀ ਤੋਂ ਅਗਲੀ ਅਵਸਥਾ ਹੈ ਫਿਰ ਸੂਫੀ ਮਾਧਿਮ ਮੁਤਾਬਕ ਸੱਤ ਸਤੇਜਾਂ ਦੇ ਮੁਤਾਬਕ ਛੇਵੀਂ ਅਵਸਥਾ ਹੈ ਸ਼ੇਵਾ ਪੜਾਏ ਜਨੂਨ। ਤੇ ਫਿਰ ਸੱਤਵਾਂ ਪੜਾਏ ਫਨਾ ਆਪਣਾ ਆਪਾ ਖਤਮ ਕਰ ਦਦਾ। ਤੇ ਜਦੋਂ ਤੁਸੀਂ ਆਪਣਾ ਆਪਾ ਫਨਾ ਕਰ ਦਤਾ ਜਦੋਂ ਤੁਸੀਂ ਆਪਣੇ ਆਪ ਨੂੰ ਵਿੱਚੋਂ ਕੱਢ ਦਿੱਤਾ ਮਰਫੀ ਕਰ ਦਿੱਤਾ ਉਦੋਂ ਹੀ ਨਿਰੰਕਾਰ ਪੈਦਾ ਹੋ ਜਾਏਗਾ ਗੁਰਮਤਿ ਇਹੀ ਤਾਂ ਕਹਿੰਦੀ ਹੈ ਕਿ ਜਿੱਥੇ ਤੁਸੀਂ ਉਹ ਜਿੱਥੇ ਤੁਹਾਡਾ ਹੰਕਾਰ ਉੱਥੇ ਨਿਰੰਕਾਰ ਨਹੀਂ ਹੋਵੇਗਾ ਜਿੱਥੇ ਹਮ ਮੈਂ ਉੱਥੇ ਉਹਦਾ ਨਾਮ ਨਹੀਂ ਵਸੇਗਾ ਹਮ ਮੈਂ ਨਾਵੇਂ ਨਾਲ ਵਿਰੋਧ ਹੈ ਪਰ ਜੇ ਤੁਸੀਂ ਆਪਣਾ ਫਿਨਾ ਕਰ ਦਿੱਤਾ ਪ੍ਰਭੂ ਪਿਆਰ ਦੀ ਉਸ ਅਵਸਥਾ 'ਚ ਪਹੁੰਚ ਗਿਆ ਜਿੱਥੇ ਤੁਹਾਡਾ ਸਾਰਾ ਹੰਕਾਰ ਫਨਾ ਹੋ ਗਿਆ ਉੱਥੇ ਨਿਰੰਕਾਰ ਆਪਣਿਆ ਪ੍ਰਗਟ ਹੋ ਜਾਏਗਾ ਜੋ ਬਾਕੀ ਬਚੇਗਾ ਹੋਵੇਗਾ ਇਨਰੰਕਾਰ ਸੁਫੀ ਮਤਲਬ ਇਹ ਕਹਿੰਦਾ ਹੈ ਇਹਦੀ ਗੱਲ ਵੀ ਕਿਤੇ ਫਿਕਰਾਂਗੇ ਜਿਹੜੀ ਗੱਲ ਮੈਂ ਕਰਨ ਲੱਗਾ ਸੀ ਉਹ ਕਰਦੀ ਹਾਂ ਕਿ ਪਹਿਲੇ 4 ਪੜਾ ਪਹਿਲੇ 4 ਐਪੀਸੋਡ ਇਸ ਪ੍ਰੋਗਰਾਮ ਦੇ ਦਿਲਚਸਪੀ ਪਾਦਾ ਕਰ ਲਈ ਸਨ ਇਹ ਪੰਜਵਾਂ ਐਪੀਸੋਡ ਹੁਣ ਜਾਨ ਪਛਾਲ ਲਈ ਹੈ ਅੱਖਰਾਂ ਦਾ ਸਰਨਾਮਾ ਚ ਆਪਾਂ ਕਿਸ ਕਿਸ ਚੀਜ਼ ਦੀ ਬਾਤ ਪਾਵਾਂਗੇ ਅੱਖਰਾਂ ਦੀ ਗੱਲ ਹੈ ਤੋਂ ਅੱਖਰਾਂ ਦੀ ਗੱਲ ਵੀ ਕਰਾਂਗੇ ਗੁਰਬਾਣੀ ਦੇ 35 ਅੱਖਰਾਂ ਦੀ ਗੱਲ ਕਰਾਂਗੇ ਹਿਰੀਗੁਰ ਗੰਸਾ ਕੁਝਾਂ ਨਾਲ ਗੋਹਜ ਪੇਦਾਂ ਦਾ ਗੋਜ ਰਮਜ਼ਾਂ ਦਾ ਉੱਥੋਂ ਕੁਛ ਰਮਜ਼ਾਂ ਚੱਕ ਕੇ ਸਾਂਝੀਆਂ ਕਰਾਂਗੇ ਕੁਛ ਉਥੋਂ ਅੱਖਰਾਂ ਦੀ ਬੰਤਰ ਚੱਕ ਕੇ ਸਾਂਝੀ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1373 ਤੇ ਭਗਤ ਕਬੀਰ ਜੀ ਆਖਦੇ ਨੇ ਕਬੀਰ ਸੰਸਾਰ ਦੂਰ ਕਰ ਕਾਗਦ ਦੇਹ ਬਿਹਾਏ ਬਾਵਨ ਅੱਖਰ ਸੋਧ ਕਾ ਹਰ ਚਰਨੀ ਚਿਤ ਲਾਏ ਕਬੀਰ ਮਨ ਦੇ ਸਾਰੇ ਸੰਸੇ ਦੂਰ ਕਰਕੇ ਆ ਜਿਹੜੇ ਤੇਰੇ ਲੇਖੇ ਜੋਖੇ ਵਾਲੇ ਕਾਗਜ਼ ਨੇ ਨਾ ਕਾਜ ਹੁੰਦਾ ਲਿਖਾ ਜੋਖਾ ਕਰਦੇ ਆਪਾਂ ਉੱਥੇ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ ਕਿ ਸਾਰੇ ਸੰਸੇ ਦੂਰ ਕਰਕੇ ਆਪਣੇ ਜਿਹੜੇ ਤੇ ਲਿਖੇ ਜੋਖੇ ਵਾਲੇ ਸਾਰੇ ਕਾਗਜ ਨੇ ਇਹਨੂੰ ਪ੍ਰਭੂ ਦੇ ਪਿਆਰ ਦੇ ਵਿੱਚ ਪ੍ਰਭੂ ਦੀ ਭਗਤੀ ਦੇ ਵਿੱਚ ਉਹਦੇ ਵਹਿਣ ਦੇ ਵਿੱਚ ਵਹਾ ਦੇ ਕਾਗਜ ਦੇ ਭਾਇ ਪ੍ਰਭੂ ਦੇ ਨਾਮ ਦੇ ਵਹਿਣ ਦੇ ਵਿੱਚ ਵਹਾ ਦੇ ਇਹਨਾਂ ਸਾਰਿਆਂ ਨੂੰ ਤੇ ਫਿਰ ਕੀ ਕਰ 52 ਅੱਖਰ ਸੋਧਕਾ ਹੈ ਹਰ ਚਰਨੀ ਚਿਤ ਲਾਏ 52 ਅਖਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ 52 ਅੱਖਰ ਸੰਸਕ੍ਰਿਤ ਦੇ ਨੇ ਜਿੱਦਾਂ ਸਾਡੇ 35 ਅੱਖਰ ਨੇ ਆਪਾਂ 35 ਅੱਖਰ ਕੀ ਕਹਿੰਦੇ ਆਪਣੇ ਅਲਫਾਬੇਟ ਨੂੰ ਊੜਾ ਐੜਾ ਈੜੀ ਨੂੰ 35 ਅੱਖਰ ਨੇ ਸਾਡੇ ਸੰਸਕ੍ਰਿਤ ਦੇ 52 ਅੱਖਰ ਨੇ ਔਰ 52 ਅੱਖਰਾਂ ਦੇ ਨਾਲ ਜੁੜ ਕੇ ਸਾਡੀ ਭਾਰਤੀ ਸਭਿਅਤਾ ਕਹਿੰਦੀ ਹੈ ਕਿ ਸੰਸਕ੍ਰਿਤ ਪੂਰਨ ਸੰਪੂਰਨ ਬੋਲੀ ਹੈ ਇਸੇ ਕਰਕੇ ਦੇਵਤਿਆਂ ਦੀ ਬੋਲੀ ਹੈ ਦੇਵਤਿਆਂ ਦੀ ਭਾਸ਼ਾ ਹੈ ਹਰ ਧੁਨੀ ਹਰ ਸੁਰ ਹਰ ਤਰੰਗ ਉਹਨਾਂ 52 ਅੱਖਰਾਂ ਚ ਪਕੜੀ ਜਾ ਸਕਦੀ ਹੈ ਸੰਸਕ੍ਰਿਤ ਦੇ ਮੁਕਾਬਲੇ ਜੇ ਕਿਤੇ ਇੰਗਲਿਸ਼ ਦੀ ਗੱਲ ਕਰੀਏ ਇੰਗਲਿਸ਼ ਅਲਫਾਬੈਟ ਦੀ ਗੱਲ ਕਰੀਏ ਤਾਂ 26 ਅੱਖਰ ਨੇ 52 ਤੋਂ ਅੱਧੇ 26ਾਂ ਲਈ ਗੁਜ਼ਾਰਾ ਕਰਨਾ ਪੈਂਦਾ ਇਸ ਕਰਕੇ ਇੰਗਲਿਸ਼ ਦੇ ਵਿੱਚ ਕੁਝ ਧਵਨੀਆਂ ਕੁਝ ਤਰੰਗਾਂ ਕੁਝ ਸੁਰ ਪਕੜੇ ਨਹੀਂ ਜਾ ਸਕਦੇ ਸੰਸਕ੍ਰਿਤ ਸਾਰੇ ਪਕੜੇ ਜਾ ਸਕਦੇ ਨੇ ਪਕੜੇ ਜਾ ਸਕਦੇ ਨੇ ਸਾਰੇ ਇਸ ਕਰਕੇ ਸੰਸਕ੍ਰਿਤ ਨੂੰ ਭਾਰਤੀ ਸਭਿਤਾ ਨੇ ਸੰਪੂਰਨ ਬੋਲੀ ਆਖ ਦਿੱਤਾ ਔਰ ਦਿਵਤਿਆਂ ਦੀ ਬੁਨਿਆਦ ਤਾ ਪਰ ਜਦੋਂ ਹੁਣ ਪੰਜਾਬੀ ਦਾ ਕਿਤੇ ਤੁਲਨਾ ਕਰਕੇ ਦੇਖੀਏ ਸੰਸਕ੍ਰਿਤ ਦੇ ਨਾਲ ਬੇਸ਼ੱਕ ਪੰਜਾਬੀ ਦੇ 35 ਅੱਖਰ ਪਰ ਆਪਾਂ ਕੁਝ ਧਮਨੀਆਂ ਨੂੰ ਪਕੜਨ ਦੇ ਲਈ ਕੁਝ ਤਰੰਗਾਂ ਨੂੰ ਪਕੜਨ ਦੇ ਲਈ 6 ਅੱਖਰਾਂ ਦੇ ਥੱਲੇ ਬਿੰਦੀਆਂ ਲਾਤੀਆਂ ਆਮ ਤੌਰ ਤੇ ਆਪਾਂ ਜਦੋਂ ਲਿਖਣ ਲੱਗਦੇ ਆਪਾਂ ਪੰਜ ਅੱਖਰਾਂ ਦੇ ਥੱਲੇ ਬਿੰਦੀਆਂ ਲਾ ਕੇ 35 ਅੱਖਰਾਂ ਦੇ ਨਾਮ ਉਰੇ ਲਿਖ ਦਿੰਦੇ ਆ ਉਹ ਆਪਣੇ ਜਿਹੜਾ ਚੱਲ ਰਿਹਾ ਹੈ ਆਪਣੀ ਸਕਰੀਨ ਦੇ ਉੱਤੇ ਉੱਥੇ ਵੀ ਪੰਜ ਅੱਖਰਾਂ ਦੇ ਲਾਈਨਾਂ ਹੋਈਆਂ ਨੇ ਪਰ ਲੱਲੇ ਪੈਰੀ ਵੀ ਬਿੰਦੀ ਲਾਈ ਜਾਂਦੀ ਹੈ ਵਿਦਵਾਨਾਂ ਨੇ ਬੈਠ ਕੇ ਪਾਸ ਕੀਤਾ ਪੰਜਾਬੀ ਯੂਨੀਵਰਸਿਟੀ ਨੇ ਪਾਸ ਕੀਤਾ ਪਾਸ਼ਾ ਵਰਗ ਨੇ ਪਾਸ ਕੀਤਾ ਲੱਲੇ ਪੈਰੀ ਸੋ 6 ਅੱਖਰਾਂ ਦੇ ਥੱਲੇ ਬਿੰਦੀਆਂ ਲਾਈਆਂ ਜਾਂਦੀਆਂ ਨੇ 41 ਧਵਨੀਆਂ ਹੋ ਗਈਆਂ 41 ਸੁਰ ਹੋ ਗਏ ਫਿਰ ਸਾਡੇ ਕੋਲ ਮਾਤਰਾ ਨੇ ਛੋਟੀਆਂ ਮਾਤਰਾ ਨੇ ਵਡੀਆਂ ਮਾਤਰਾਆਂ ਨੇ ਆਪਾਂ ਕੁਝ ਨੂੰ ਲਘੂ ਮਾਤਰਾ ਕਹਿੰਦੇ ਆਂ ਕੁਝ ਨੂੰ ਗੁਰੂ ਮਾਤਰਾ ਕਹਿੰਦੇ ਆਂ ਜਿਦਾ ਲਾ ਇਹ ਲਘੂ ਮਾਤਰਾ ਛੋਟੀ ਮਾਤਰਾ ਹੈ ਦੁਲਾਵਾਂ ਨੇ ਗੁਰੂ ਮਾਤਰਾ ਹੈ ਔਂਕੜਾ ਲਘੂ ਮਾਤਰਾ ਹੈ ਦੁਲੈਂਕੜ ਹੈ ਦੁਆਂਕੜ ਹੈ ਉਹਨੂੰ ਆਪਾਂ ਗੁਰੂ ਮਾਤਰਾ ਕਹ ਦਿੰਦੇ ਆਂ ਸਿਹਾਰੀ ਹੈ ਲਘੂ ਮਾਤਰਾ ਹੈ ਬਿਹਾਰੀ ਹੈ ਗੁਰੂ ਮਾਤਰਾ ਹੈ ਔਰ ਇਹ ਸਾਰੀਆਂ ਲਘੂ ਤੇ ਗੁਰੂ ਮਾਤਰਾ ਪਾ ਕੇ ਹੌੜਾ ਕਨੌੜਾ ਸਾਰੀਆਂ ਮਾਤਰਾ ਪਾ ਕੇ ਮੁਕਤਾ ਪਾ ਕੇ ਖੁੱਲਾ ਅੱਖਰ ਪਾ ਕੇ ਪੈਰੀ ਅੱਖਰ ਪਾ ਕੇ 52 ਤੋਂ ਵੱਧ ਬਣ ਜਾਂਦੇ ਘੱਟ ਨਹੀਂ ਬਣਦੇ ਕੋਈ ਸੰਸਕ੍ਰਿਤ ਦਾ ਸੁਰਾ ਇਹੋ ਜਿਹਾ ਨਹੀਂ ਕੋਈ ਇਹੋ ਜੀ ਧਮਣੀ ਨਹੀਂ ਕੋਈ ਇਹੋ ਜੀ ਤਰੰਗ ਨਹੀਂ ਜਿਹਨੂੰ ਪੰਜਾਬੀ 'ਚ ਨਾਮ ਪਖੜਿਆ ਜਾ ਸਕਦਾ ਹੋਵੇ ਸੋ ਪੰਜਾਬੀ ਵੀ ਸੰਪੂਰਨ ਬੋਲੀ ਹੈ ਜੇ ਸੰਸਕ੍ਰਿਤ ਦੇਵਤਿਆਂ ਦੀ ਬੋਲੀ ਹੈ ਤਾਂ ਪੰਜਾਬੀ ਫਿਰ ਉਸ ਰੱਬ ਦੀ ਆਪਣੀ ਬੋਲੀ ਹੈ ਕੋਈ ਧਮਣੀ ਇਹੋ ਜੀ ਨਹੀਂ ਕੋਈ ਤਰੰਗ ਇਹੋ ਜੀ ਨਹੀਂ ਕੋਈ ਸੁਰ ਇਹੋ ਜੀ ਨਹੀਂ ਜਿਹੜੀ ਪੰਜਾਬੀ 'ਚ ਨਹੀਂ ਪਕੜੀ ਜਾ ਸਕਦੀ 35 ਅੱਖਰ ਸ਼ੇਰਾਂ ਦੇ ਪੈਰੀ ਬਿੰਦੀਆਂ ਫਿਰ ਮਾਤਰਾ ਗੁਰੂ ਤੇ ਲਘੂ ਮਾਤਰਾ ਫਿਰ ਖੁੱਲੇ ਅੱਖਰ ਫਿਰ ਮੁਕਤਾ ਅੱਖਰ ਫਿਰ ਅਧਿਆਕਰ ਤੇ ਗਾਂ ਅਧਿਆਕਰਾਂ ਦੀ ਗੱਲ ਤਾਂ ਸੁਣੀ ਹੋएगी ਪਰ ਕਦੀ ਕਿਸੇ ਨੇ ਹਲੰਤ ਸੁਣਿਆ ਕਿੰਨੇ ਪੰਜਾਬੀ ਦੇ ਵਿਦਵਾਨ ਨੇ ਜਿਨ੍ਹਾਂ ਨੂੰ ਹਲੰਤ ਬਾਰੇ ਪਤਾ ਗੁਰਬਾਣੀ ਨੇ ਉਹ ਵੀ ਵਰਤਿਆ ਇਹ ਸਾਰੀਆਂ ਆਵਾਜ਼ਾਂ ਬੋੰਜਾ ਬਣ ਜਾਂਦੀਆਂ ਇੱਕ ਅੱਧੀ ਵੱਧ ਬੰਦੀ ਇਕੱਠੀ ਬੰਦੀ ਔਰ ਗੁਰੂਆਂ ਨੇ ਇਹਨੂੰ ਸ਼ੋਹ ਦੇ ਕੇ ਪੰਜਾਬੀ ਨੂੰ ਗੁਰਮੁਖੀ ਦੀ ਸ਼ੋਹ ਦੇ ਕੇ ਇਹਨੂੰ ਰੱਬ ਦੀ ਬੋਲੀ ਬਣਾਤਾ ਕੋਈ ਦੁਨੀਆ ਦੀ ਸੁਰ ਕੋਈ ਬ੍ਰਹਮੰਡ ਦੀ ਸੁਰ ਇਹੋ ਜਿਹੀ ਕੋਈ ਬ੍ਰਹਮੰਡ ਦੀ ਤਰੰਗ ਇਹੋ ਜਿਹੀ ਕੋਈ ਬ੍ਰਹਮੰਡ ਦੀ ਧਵਨੀ ਇਹੋ ਜਿਹੀ ਜਿਹਨੂੰ ਪੰਜਾਬੀ ਚ ਨਾ ਪਕੜਿਆ ਜਾ ਸਕਦਾ ਹੋਵੇ ਇਹਦੀ ਗੱਲ ਵੀ ਆਪ ਅੱਖਰਾਂ ਨਾਲ ਜੋੜ ਕੇ ਕਰਨੀ ਹੈ ਅੱਖਰਾਂ ਦੇ ਸਰਨਾਮੇ ਦੇ ਵਿੱਚ ਕਰਨੀ ਕੁਝ ਵਿਦਵਾਨ ਸੱਜਣਾ ਨੂੰ ਸਤਾਗੇ ਜਿਹੜੇ ਭਾਸ਼ਾ ਵਿਗਿਆਨ ਦੇ ਵਿਗਿਆਨ ਦੇ ਮਾਹਿਰ ਨੇ ਜਿਹੜੇ ਅੱਖਰਾਂ ਦੇ ਮਾਰਨ ਹੈ ਆਉਣ ਵਾਲੇ ਸਮੇਂ ਦੇ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਪਰ ਇਸ ਅੰਦਾਜ਼ ਦੇ ਵਿੱਚ ਕਰਾਂਗੇ ਸੋ ਅੱਖਰਾਂ ਦੀ ਗੱਲ ਕਰਾਂਗੇ ਭਾਸ਼ਾ ਭਗਵਾਨ ਵਿਗਿਆਨ ਦੀ ਗੱਲ ਕਰਾਂਗੇ ਪੰਜਾਬੀ ਦੀ ਸਰਵ ਉੱਚਤਾ ਦੀ ਗੱਲ ਕਰਾਂਗੇ ਗੁਰਮੁਖੀ ਲਿਪੀ ਦੀ ਗੱਲ ਕਰਾਂਗੇ ਇਹਨਾਂ ਅੱਖਰਾਂ ਦੇ ਸਰਨਾਮੇ ਵਿੱਚ ਸਿੱਖ ਸਿਹਤ ਦੀ ਗੱਲ ਕਰਾਂਗੇ ਸਿੱਖ ਲਿਟਰੇਚਰ ਦੀ ਗੱਲ ਕਰਾਂਗੇ ਸਿੱਖ ਚਿੰਤਨ ਦੀ ਗੱਲ ਕਰਾਂਗੇ ਸਿੱਖ ਫਲਸਫੇ ਦੀ ਗੱਲ ਕਰਾਂਗੇ ਸਿੱਖ ਚਿੰਤਕਾਂ ਦੀ ਗੱਲ ਵੀ ਕਰਾਂਗੇ ਪੰਜਾਬੀ ਸਿਹਤ ਦੀ ਵੀ ਗੱਲ ਕਰਾਂਗੇ ਪੰਜਾਬੀ ਸਿਹਤਕਾਰਾਂ ਦੀ ਗੱਲ ਵੀ ਕਰਾਂਗੇ ਪਰ ਕਰਾਂਗੇ ਸਿੱਖ ਦ੍ਰਿਸ਼ਟੀਕੋਣ ਤੋਂ ਕਰਾਂਗੇ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਵੱਡੇ ਤੋਂ ਵੱਡੇ ਸਿਹਤਕਾਰ ਦੀ ਗੱਲ ਕਰਾਂਗੇ ਪਰ ਉਹਨੂੰ ਤੋਲਣ ਦਾ ਨਜ਼ਰੀਆ ਮਾਰਕਸਤ ਲੈਣ ਵਾਲਾ ਨਹੀਂ ਹੋਏਗਾ ਉਹਨੂੰ ਗੁਰਮਤ ਦੇ ਸ਼ਾਬੇ ਤੇ ਰੱਖ ਕੇ ਤੋਲਾਂਗੇ ਗੁਰਮਤ ਦੇ ਫਲਸਫੇ ਤੇ ਰੱਖ ਕੇ ਤੋਲਾਂਗੇ ਪੰਜਾਬੀ ਲਿਟਰੇਚਰ ਦੀ ਗੱਲ ਪੰਜਾਬੀ ਸਾਹਿਤ ਦੀ ਗੱਲ ਪੰਜਾਬੀ ਸਾਹਿਤਕਾਰਾਂ ਦੀ ਗੱਲ ਸਿੱਖ ਦ੍ਰਿਸ਼ਟੀਕੋਣ ਤੋਂ ਕਰਾਂਗੇ ਹਰ ਤਰ੍ਹਾਂ ਦੀ ਕਲਾ ਦੀ ਗੱਲ ਕਰਾਂਗੇ ਗੀਤਾਂ ਦੀ ਵੀ ਗੱਲ ਕਰਾਂਗੇ ਕਵਿਤਾਵਾਂ ਦੀ ਵੀ ਗੱਲ ਕਰਾਂਗੇ ਕਹਾਣੀ ਦੀ ਵੀ ਗੱਲ ਕਰਾਂਗੇ ਨਾਵਲ ਦੀ ਵੀ ਗੱਲ ਕਰਾਂਗੇ ਪਰ ਕਰਾਂਗੇ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ Java ਸਿੱਖ ਫਲਸਫੇ ਦੀ ਗੱਲ ਕਰਾਂਗੇ ਕਿਉਂਕਿ ਮੇਰਾ ਮੰਨਣਾ ਹੈ ਮਨੁੱਖ ਜੋ ਕੁਝ ਹੁੰਦਾ ਉਹ ਆਪਣੇ ਆਪ 'ਚ ਕੁਝ ਵੀ ਨਹੀਂ ਹੁੰਦਾ ਉਹ ਜਿਹੜੇ ਫਲਸਫੇ ਨੂੰ ਮੰਨ ਲੈਂਦਾ ਹੈ ਜਿਹੜੇ ਦ੍ਰਿਸ਼ਟੀਕੋਣ ਨੂੰ ਮੰਨ ਲੈਂਦਾ ਉਹਦਾ ਦ੍ਰਿਸ਼ਟੀਕੋਣ ਉਹ ਬਣ ਜਾਂਦਾ ਹੈ ਜਿਹੜੇ ਫਲਸਫੇ ਨੂੰ ਮੰਨਦਾ ਹੁੰਦਾ ਹੈ ਮਨੁੱਖ ਦਾ ਦ੍ਰਿਸ਼ਟੀਕੋਣ ਕੌਮ ਦਾ ਦ੍ਰਿਸ਼ਟੀਕੋਣ ਕਿਸੇ ਸਮਾਜ ਦਾ ਦ੍ਰਿਸ਼ਟੀਕੋਣ ਉਸ ਚੀਜ਼ ਨਾਲ ਜੁੜ ਕੇ ਬੰਦਾ ਹੈ ਜਿਹੜੇ ਫਲਸਫੇ ਨੂੰ ਮੰਨਦਾ ਹੈ ਸਿਕੰਦਰੀਕ ਸਾਂਝਾ ਦ੍ਰਿਸ਼ਟੀਕੋਣ ਤੇ ਸਿੱਖ ਫਲਸਫੇ ਨਾਲ ਜੁੜ ਕੇ ਜੁੜ ਗਿਆ ਸੋ ਸਿੱਖ ਫਲਸਫੇ ਦੀ ਗੱਲ ਕਰਾਂਗੇ ਜਦੋਂ ਮੈਂ ਗੱਲ ਕਰ ਰਿਹਾ ਨਾ ਸਿੱਖ ਫਲਸਫੇ ਦੀ ਗੱਲ ਕਰਾਂਗੇ ਉਹਦੇ ਬਿੱਦੂ ਗਿਆਨ ਹੈ ਕਿ ਸਿੱਖ ਫਲਸਫੇ ਦੀ ਗੱਲ ਕਰਨ ਵਾਲੇ ਵਿਦਵਾਨ ਟੁਣਕਾ ਕੇ ਗੱਲ ਕਰਨ ਵਾਲੇ ਗੱਲ ਜਿਹੜੇ ਸਿੱਖ ਫਲਸਫੇ ਦੀ ਗੱਲ ਟੁਣਕਾ ਕੇ ਕਰ ਸਕਦੇ ਹੁਣ ਬਹੁਤ ਵਿਰਲੇ ਆ ਇੰਗਲੈਂਡ ਦੇ ਵਿੱਚ ਗਿਣਨੇ ਹੁਣ ਤੇ ਇੱਕ ਹੱਥ ਦੀਆਂ ਸ਼ਾਇਦ ਉਂਗਲੀਆਂ ਤੇ ਗਿਨੇ ਜਾ ਸਕਣ ਬਸ ਜੇ ਵੱਧੂ ਗੱਲ ਕਰਨੀ ਆ ਤਾਂ ਇੱਕ ਹੱਥ ਦੇ ਪੋਟਿਆਂ ਤੇ ਕਰ ਲਓ ਕੋਈ ਉਦੋਂ ਆਤ ਦੇ ਕਿ ਜਿੰਨਾ ਕੁ ਮੈਂ ਜਾਣਦਾ ਮੈਂ ਆਪਣੀ ਸੀਮਾ ਦੀ ਗੱਲ ਕਰ ਰਿਹਾ ਮੈਂ ਕਿਸੇ ਦੀ ਸੀਮਾ ਦੀ ਗੱਲ ਨਹੀਂ ਕਰ ਰਿਹਾ ਮੈਂ ਇੰਨੇ ਕੁ ਨਹੀਂ ਜਾਣਦਾ ਪਰ ਅਪ ਕੋਸ਼ਿਸ਼ ਕਰਾਂਗੇ ਸਿੱਖ ਫਲਸਫੇ ਦੀ ਗੱਲ ਕਰੀਏ ਔਰ ਸਿੱਖ ਫਲਸਫੇ ਦੀ ਗੱਲ ਟੁਨਕਾ ਕੇ ਕਰੀਏ ਅਖਰਾਂ ਦੇ ਸਰਨਾਮੇ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਜਾਣਗੀਆਂ ਇਹ ਸਾਰਾ ਕੁਝ ਕਰਨ ਦੇ ਲਈ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵਿਸ਼ਿਆਂ ਦੇ ਵੱਡੇ ਵਿਦਵਾਨ ਬਾਹਰ ਬੇਨਤੀਆਂ ਕਰਕੇ ਸੱਦਾਂਗੇ ਜਿੱਥੇ ਤੁਹਾਡੀ ਤੱਕ ਸਾਡੀ ਪਹੁੰਚ ਹੈ ਕੁਝ ਪ੍ਰੋਗਰਾਮਾਂ ਕੱਲੇ ਵੀ ਕਰਾਂਗਾ ਭੂਮਿਕਾ ਜਿੱਦਾਂ ਕਰਿਆ ਨੇ ਬੰਦ ਲਈ ਹੈ ਦੱਸ ਜਸਟ ਵੀ ਪਹਿਲਾਂ ਨੇ ਦੀ ਗੱਲ ਪਹਿਲਾਂ ਨੇ ਕਰ ਲਈ ਹੈ ਜਾਣ ਪਛਾਣ ਦੀ ਗੱਲ ਕੱਲੇ ਨੇ ਕਰ ਲਈ ਹੈ ਇੱਕ ਪ੍ਰੈਜੈਂਟਰ ਦੇ ਤੌਰ ਤੇ ਮੇਰਾ ਫਰਜ਼ ਬੰਦਾ ਸੀ ਪਰ ਵੱਡੇ ਵਿਦਵਾਨਾਂ ਨੂੰ ਸੱਦਾਂਗੇ ਕੋਸ਼ਿਸ਼ ਕਰਾਂਗੇ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਵੱਡਾ ਵਿਦਵਾਨ ਉੱਥੇ ਤੱਕ ਉਹਨਾਂ ਤੱਕ ਪਹੁੰਚ ਕੀਤੀ ਜਾ ਸਕੇ ਜਿਹੜਾ ਸਿੱਖ ਫਲਸਫੇ ਦੀ ਗੱਲ ਕਰ ਸਕਦਾ ਹੋਵੇ ਸਿੱਖ ਦ੍ਰਿਸ਼ਟੀਕੋਣ ਦੀ ਗੱਲ ਕਰ ਸਕਦਾ ਹੋਵੇ ਸਿੱਖ ਕਦਰਾਂ ਕੀਮਤਾਂ ਦੀ ਗੱਲ ਕਰ ਸਕਦਾ ਹੋਵੇ ਲਿਟਰੇਚਰ ਨਾਲ ਜੁੜ ਕੇ ਗੱਲ ਕਰ ਸਕਦਾ ਹੋਵੇ ਉਹ ਸਾਰਾ ਕੁਝ ਸਿਖਾਂਗੇ ਉਹਨਾਂ ਨੂੰ ਤੇ ਇਹਦੀ ਰੰਭਤਾ ਕਰਾਂਗੇ ਅਕਾਲ ਤਖ਼ਤ ਸਭ ਦੇ ਜਥੇਦਾਰ ਦੇ ਨਾਲ ਜੋ ਮੌਜੂਦਾ ਜਥੇਦਾਰ ਨੇ ਅਕਾਲ ਤਖ਼ਤ ਸਭ ਦੇ ਵੀ ਕਾਰਜਕਾਰੀ ਜਥੇਦਾਰ ਨੇ ਔਰ ਤਖਸਿਰੀ ਦਮਦਮਾ ਸਾਹਿਬ ਦੇ ਵੀ ਜਥੇਦਾਰ ਨੇ ਗਿਆਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਲਜੀ ਅੱਪਾ ਅਗਲੇ ਹਫਤੇ ਪੰਜ ਪ੍ਰੋਗਰਾਮ ਉਹਨਾਂ ਨਾਲ ਕਰਾਂਗੇ ਸਿੱਖ ਫਲਸਫੇ ਦੇ ਵੱਖ-ਵੱਖ ਪਹਿਲੂਆਂ ਤੇ ਗੱਲ ਕਰਾਂਗੇ ਜਿੱਦਾਂ ਆਪਾਂ ਪਹਿਲਾਂ ਇੱਕ ਓਂਕਾਰ ਦੀ ਗੱਲ ਕੀਤੀ ਹੈ ਜਿੱਦਾਂ ਆਪਾਂ ਮੂਲ ਮੰਤਰ ਦੀ ਗੱਲ ਆਪ ਕਰਾਂਗੇ ਉਹਨਾਂ ਨਾਲ ਜੁੜ ਕੇ ਕਾਲਪੁਰਖ ਦੀ ਵੀ ਗੱਲ ਕਰਾਂਗੇ ਉਹਨਾਂ ਨਾਲ ਜੁੜ ਕੇ ਗੁਰੂ ਦੀ ਵੀ ਗੱਲ ਕਰਾਂਗੇ ਉਹਨਾਂ ਨਾਲ ਜੁੜ ਕੇ ਮੌਤ ਦੀ ਵੀ ਗੱਲ ਕਰਾਂਗੇ ਉਹਨਾਂ ਨਾਲ ਜੁੜ ਕੇ ਨਾਮ ਦੀ ਵੀ ਗੱਲ ਕਰਾਂਗੇ ਕਟਕਟ ਪੰਜ ਪ੍ਰੋਗਰਾਮ ਆਪਾਂ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਨਾਲ ਅਗਲਾ ਹਫਤਾ ਉਹਨਾਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬਣਦਾ ਗਿਆ ਵੱਖ-ਵੱਖ ਮਦਬਾਨਾਂ ਨੂੰ ਵੀ ਸੱਦਾਂਗੇ ਕੁਝ ਪ੍ਰੋਗਰਾਮ ਮੈਂ ਆਪ ਆਪ ਸ਼ਬਦ ਸੰਮੁਖ ਲੈ ਕੇ ਆਵਾਂਗਾ ਜਿੱਥੇ ਵਰਨਾ ਕੋ ਸਾਹਮਣੇ ਵਿਦਵਾਨ ਨਹੀਂ ਬਿਠਾ ਹੋਏਗਾ ਪ੍ਰਤੱਖ ਤੌਰ ਤੇ ਨਹੀਂ ਬਿਠਾ ਹੋਏਗਾ ਉੱਥੇ ਆਪਾਂ ਵਿਦਵਾਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਵਿਦਵਾਨਾਂ ਦੇ ਅਨੁਭਵ ਦੇ ਵਿੱਚੋਂ ਵਿਦਵਾਨਾਂ ਦੀਆਂ ਕੀਤੀਆਂ ਗੱਲਾਂ ਦੇ ਵਿੱਚੋਂ ਉਹਨਾਂ ਦਾ ਆਸਰਾ ਲਵਾਂਗੇ ਤਾਂ ਕਿ ਗੱਲ ਢੜਕਾ ਕੇ ਕੀਤੀ ਜਾ ਸਕੇ ਮੈਂ ਬੇਨਤੀ ਕੀਤੀ ਹਫਤਾ ਦੀ ਗੱਲ ਕਰਾਂਗੇ ਗੀਤਾਂ ਦੀ ਗੱਲ ਕਰਾਂਗੇ ਤੁਮ ਅੱਜ ਜਾਣ ਪਛਾਣ ਦੇ ਵਿੱਚ ਵੀ ਸ਼ੁਰੂਆਤ ਆਪਣੇ ਲੋ ਕਰ ਦੇਣਾ ਚਾਹੁੰਦਾ ਅਖਰਾਂ ਦਾ ਸਰਨਾਵਾ ਪ੍ਰੋਗਰਾਮ ਦੇ ਵਿੱਚ ਅਖਰਾਂ ਦਾ ਸਰਨਾਵਾ ਨੁਦਾਰ ਬਣਾ ਕੇ ਲਿਖਿਆ ਗਿਆ ਗੀਤ ਮੈਂ ਆਪ ਸਭ ਦੇ ਸਾਹਮਣੇ ਕਰ ਦੇਣਾ ਹੈ ਬੋਲ ਕੇ ਕਰਨਾ ਹੈ ਕਿਤੇ ਗਾਇਆ ਵੀ ਜਾਊਗਾ ਪਰ ਬੋਲ ਕੇ ਕਰ ਲੀਨੇ ਆ ਤਾਕੇ ਜਿਹੜੀ ਗੱਲ ਮੈਂ ਵਾਰਤਕ ਚ ਨਹੀਂ ਕਹਿ ਸਕਿਆ ਅਖਰਾਂ ਦੇ ਸਰਨਾਮੇ ਬਾਰੇ ਉਹ ਕਵਤਾ ਰਹੀ ਕਹਿ ਲਈ ਜਾਵੇ ਉਹ ਬਿੰਬ ਦੇ ਰਾਹੀ ਕਹਿ ਲਈ ਜਾਵੇ ਕਹਿਣੀ ਗੱਲ ਸੌਖੀ ਹੋ ਜਾਂਦੀ ਆ ਸੋਹਾਜਰ ਨੇ ਸ਼ਬਦ ਗਵਾਚੇ ਲਬ ਦੇ ਫਿਰਦੇ ਅਖਰਾਂ ਦਾ ਸਰਨਾਮਾ ਜੰਗਲ ਬੇਲੇ ਕਿਤੇ ਨਾ ਮਿਲਿਆ ਢੂੰਡਿਆ ਦਸੋ ਦਿਸ਼ਾਾਂ ਸ਼ਬਦ ਗਵਾਚੇ ਲੱਭਦੇ ਫਿਰਦੇ ਅੱਖਰਾਂ ਦਾ ਸਰਨਾਵਾ ਜੰਗਲ ਬੇਲੇ ਕਿਤੇ ਨਾ ਮਿਲਿਆ ਢੂੰਡਿਆ ਦਸ਼ੋ ਦਿਸ਼ਾਵਾਂ ਕਲਾ ਵਿਹੂਣੀਆਂ ਕਲਮਾਂ ਨੱਚਣ ਆਪੇ ਬਾਲੀ ਅੱਗ ਵਿੱਚ ਮੱਚਣ ਇੱਕ ਦੂਜੀ ਨੂੰ ਆਪੇ ਦੱਸਣ ਪੁੱਠੀਆਂ ਪਿਆ ਦਲਾਵਾ ਸ਼ਬਦ ਗਵਾਚੇ ਲੱਭਦੇ ਫਿਰਦੇ ਅੱਖਰਾਂ ਦਾ ਸਰਨਾਵਾ ਹਵਾ ਦੇ ਵਿੱਚ ਜੋ ਅੱਖਰ ਵਹਿੰਦੇ ਉਹ ਅੱਖਰ ਨਾ ਟਿਕ ਕੇ ਬਹਿੰਦੇ ਜਿਕਰ ਕੀਤਾ ਹੈ ਰੱਬ ਦੇ ਵਿੱਚ ਕਿ ਅੱਖਰੋ ਛੈ ਜਿਹੜੀ ਖੁਰਦੀ ਨਹੀਂ ਜਿਹੜੀ ਪੂੰਜੀ ਨਹੀਂ ਜਾ ਸਕਦੀ ਜਿਹੜੀ ਇਹ ਜੇ ਆਕਾਰ ਵਿੱਚ ਨਹੀਂ ਆਈ ਤੇ ਉਹਦੇ ਨਾਲ ਜੁੜ ਕੇ ਜਰਾ ਕਫਤਾ ਦੇ ਬੋਲ ਸੁਣਿਓ ਦੀਦੇ ਬੋਲ ਸੁਣਿਓ ਹਵਾ ਦੇ ਵਿੱਚ ਜੋ ਅੱਖਰ ਵਹਿੰਦੇ ਉਹ ਅੱਖਰ ਨਾ ਟਿਕ ਕੇ ਬਹਿੰਦੇ ਸ਼ਬਦਾਂ ਨੂੰ ਅੱਖਰਿਓਂ ਚਾਹੰਦੇ ਜਿਉਂ ਪੁੱਤਰਾਂ ਨੂੰ ਮਾਵਾਂ ਸ਼ਬਦ ਗਵਾਚੇ ਲੱਭਦੇ ਫਿਰਦੇ ਅੱਖਰਾਂ ਦਾ ਸਰਨਾਮਾ ਜਿਸ ਨੇ ਇਹ ਅੱਖਰ ਨੇ ਕੀਤੇ ਉਸ ਲਈ ਅੱਖਰ ਹੋਏ ਬੀਤੇ ਉਹ ਸਿਰਜਨਹਾਰੀ ਆ ਅੱਖਰਾਂ ਦਾ ਸਰਜਕ ਜਿਸ ਨੇ ਇਹ ਅੱਖਰ ਨੇ ਕੀਤੇ ਉਸ ਲਈ ਅੱਖਰ ਹੋਏ ਬੀਤੇ ਜਲ ਵਿੱਚ ਘੋਲ ਪਤਾਸੇ ਪੀਤੇ ਚਾਨਣ ਦਾ ਪਰਸ਼ਾਵਾਂ ਸ਼ਬਦ ਗਵਾਚੇ ਲੱਭਦੇ ਫਿਰਦੇ ਅੱਖਰਾਂ ਦਾ ਸਰਨਾਵਾ ਗੱਲ ਰਮਜ ਦੀ ਫੜ ਕੇ ਰਾਣੇ ਕਲਮ ਸੱਚ ਦੀ ਘੜ ਕੇ ਰਾਣੇ ਸੁੱਚੇ ਅੱਖਰ ਜੜ ਕੇ ਰਾਣੇ ਸੁੱਚੇ ਅੱਖਰ ਜੜ ਕੇ ਰਾਣੇ ਦਿਲ ਤੋਂ ਦੇ ਦਿਵਾਵਾ ਸ਼ਬਦ ਗਵਾਚੇ ਲੱਭਦੇ ਫਿਰਦੇ ਅੱਖਰਾਂ ਦਾ ਸਰਨਾਵਾ ਜੰਗਲ ਬੇਲੇ ਕਿਤੇ ਨਾ ਮਿਲਿਆ ਢੂੰਡਿਆ ਦਸੋ ਦਿਸ਼ਾਵਾਂ ਸ਼ਬਦ ਗਵਾਚੇ ਲੱਭਦੇ ਫਿਰਦੇ ਅੱਖਰਾਂ ਦਾ ਸਰਨਾਮਾ ਮੈਂ ਬੇਨਤੀ ਕੀਤੀ ਆਪਾਂ ਵੱਡੇ ਸਹਿਤਕਾਰਾਂ ਦਾ ਵੱਡੇ ਨਾਮਲੇ ਵਾਲਿਆਂ ਦਾ ਆਸਰਾ ਲਾ ਕੇ ਗੱਲ ਕਰਨ ਲਈ ਤੇ ਮੇਰੇ ਖਲ ਭਾਈ ਵੀਰ ਸਿੰਘ ਸਾਡੇ ਆਧੁਨਿਕ ਪੰਜਾਬੀ ਸਾਹਿਤ ਦਾ ਪਤਾਮਾ ਗੁਰਮਤਿ ਦੇ ਹਰ ਦ੍ਰਿਸ਼ਟੀਕੋਣ ਤੋਂ ਉਸਨੇ ਲਿਖਿਆ ਅਜਦੇ ਸਮੇਂ ਦੇ ਵਿੱਚ 20ਵੀਂ ਸਦੀ ਦੇ ਵਿੱਚ ਉਹਦੀਆਂ ਦੋ ਪੰਕਤੀਆਂ ਕਾ ਕੇ ਸ਼ਾਇਦ ਮੈਂ ਖਿਮਾ ਜਾਂਚਣਾ ਕਰ ਜਾਵਾਂ ਪਰ ਦੋ ਕਮਤੀਆਂ ਪੰਕਤੀਆਂ ਮੈਂ ਕਪਤਾ ਜਿਹੀ ਕਹਿਣੀ ਆ ਰੱਬੀ ਮੇਲ ਦੇ ਬਾਰੇ ਬੇਸ਼ੱਕ ਭਾਈ ਵੀਰ ਸਿੰਘ ਨੇ ਬਹੁਤ ਸਾਰੀਆਂ ਕਵਤਾਵਾਂ ਲਿਖੀਆਂ ਆਖ ਦਿੱਤਾ ਕਿ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਪਰ ਮੈਂ ਇੱਕੋ ਗੱਲ ਕਹਿਣੀ ਆ ਜਿਹੜੀ ਆਪਾਂ ਪਹਿਲਾਂ ਮੂਲ ਮੰਤਰ ਦੇ ਵਿੱਚ ਕੀਤੀ ਸੀ ਉਹ ਭਾਈ ਵੀਰ ਸਿੰਘ ਦੇ ਸ਼ਬਦਾਂ ਦੇ ਵਿੱਚ ਕਿ ਭਾਈ ਵੀਰ ਸਿੰਘ ਨੂੰ ਕਿਸੇ ਨੇ ਪੁੱਛਿਆ ਬਾਣੀ ਦਾ ਪਾਠ ਕਿਵੇਂ ਕਰੀਏ ਤੇ ਭਾਈ ਵੀਰ ਸਿੰਘ ਕਹਿੰਦੇ ਐਨਾ ਉੱਚੀ ਬੋਲ ਕੇ ਕਰਨਾ ਚਾਹੀਦਾ ਐਨਾ ਕੁ ਉੱਚੀ ਬੋਲ ਕੇ ਉਹਨਾਂ ਦੀ ਰਮਿ ਸਮਝਦੇ ਰੱਖੋ ਐਨਾ ਕੁ ਉੱਚੀ ਬੋਲ ਕੇ ਕਰਨਾ ਚਾਹੀਦਾ ਕਿ ਤੁਹਾਡੇ ਕੰਨ ਉਹਨੂੰ ਸਹਿਜ ਨਾਲ ਸੁਣ ਸਕਣ ਐਨਾ ਜ਼ਿਆਦਾ ਉੱਚੀ ਵੀ ਨਾ ਹੋਵੇ ਕਿ ਦੂਜਿਆਂ ਨੂੰ ਤੰਗ ਕਰ ਦੇ ਫਿਰ ਉਹ ਐਨਾ ਹੌਲੀ ਵੀ ਨਾ ਹੋਵੇ ਕਿ ਤੁਹਾਡੇ ਕੰਨ ਨਾ ਸੁਣ ਸਕਣ ਇਨਾ ਉੱਚੀ ਬੋਲ ਕੇ ਕਰਨਾ ਹੈ ਪਾਠ ਗੁਰਬਾਣੀ ਪੜਨ ਲੱਗਿਆ ਨਿਤਨੇਮ ਕਰਨ ਲੱਗਿਆਂਗੇ ਤੁਹਾਡੇ ਕਾਨੂੰ ਨੂੰ ਸਹਿਜ ਨਾਲ ਸੁਣ ਸਕਣ ਤਾਂ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪੜਨ ਬੋਲਣ ਤੇ ਸੁਣਨ ਦਾ ਦੁੱਗਣਾ ਫਲ ਮਿਲਦਾ ਹੈ ਪਵਿੱਤਰ ਵੀ ਹੋ ਜਾਂਦੇ ਹੋ ਪਾਵਨ ਵੀ ਹੋ ਜਾਂਦੇ ਹੋ ਪਵਿੱਤ ਵੀ ਹੋ ਜਾਂਦੇ ਹੋ ਜੋ ਕਹਿੰਦੇ ਆ ਜਦੋਂ ਆਪ ਸੁਣਦੇ ਆ ਤੇ ਉਹ ਹਿਰਦੇ ਚ ਟਿਕ ਜਾਂਦਾ ਹੈ ਪਿਆਰ ਦੇ ਨਾਲ ਆ ਕੇ ਟਿਕ ਜਾਂਦਾ ਹੈ ਸੋ ਪਾਈ ਵੀਰ ਸਿੰਘ ਦੇ ਨਾਲ ਸ਼ਬਦਾਂ ਦੇ ਨਾਲ ਮੈਂ ਕਿ ਮੈਂ ਜਾਂਚਣਾ ਕਰਨੀ ਹੈ ਇੱਕ ਵਾਰੀ ਯਾਦ ਹਾਨੀ ਦੇਣੀ ਹੈ ਕਿ ਅਗਲਾ ਪੂਰਾ ਹਫਤਾ ਆਪਾਂ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਦੇ ਕੋਲੋਂ ਸਿੱਖ ਫਲਸਫੇ ਬਾਰੇ ਜਾਣਾਂਗੇ ਇਹ ਉਹਨਾਂ ਦੇ ਨਾਲ ਮੈਂ ਵੀ ਹੋਵਾਂਗਾ ਆਪਦੇ ਸਨਮੁਖ ਜੀ ਇੱਕ ਵਾਰ ਕੇ ਮੈਂ ਜਾਂਚਣਾ ਆਉਫਤਿ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ